ਸੋ ਉਸ ਦੇ ਉੱਤੇ ਗੱਲ ਕਰੀਏ। ਸੋ ਬਾਈਡਨ ਪ੍ਰਸ਼ਾਸਨ ਹੁਣੀ ਇਮੀਗ੍ਰੇਸ਼ਨ ਦੇ ਵਿੱਚ ਹੁਣ ਇਸ ਟਾਈਮ ਦੇਖ ਰਹੇ ਹਾਂ ਵੀ ਹੁਣ ਜਿਉਂ ਜਿਉਂ ਮਿਡ ਟਰਮ ਇਲੈਕਸ਼ਨ ਵੀ ਆ ਰਹੀ ਆ, ਟਾਈਟਲ 42 ਨੂੰ ਇਹ ਹਟਾਉਣ ਜਾ ਰਹੇ ਆ। ਕੱਲ੍ਹ ਇਸ ਚੀਜ਼ ਦੀ ਵਾਈਟ ਹਾਊਸ ਨੇ ਪੁਸ਼ਟੀ ਕਰਤੀ ਵੀ ਮਈ ਦੇ ਅਖੀਰ ਤੱਕ ਆਈ ਥਿੰਕ ਇਹਨਾਂ ਨੇ ਟਾਈਟਲ 42 ਨੂੰ ਜਿਹੜਾ ਉਹ ਹਟਾ ਦੇਣਾ ਆ। ਸੋ ਇਹਨਾਂ ਦੀਆਂ ਓਬਵੀਅਸਲੀ ਫਿਰ ਰਿਪਬਲਿਕਨ ਪਾਰਟੀ ਨੂੰ ਮੌਕਾ ਮਿਲਦਾ ਵੀ ਦੇਖੋ ਜੀ ਇਹ ਬਾਰਡਰ ਖੋਲ੍ਹ ਰਹੇ ਆ, ਸਾਰਾ ਕੁਛ ਉਹੀ ਜਿੱਦਾਂ ਦੀਆਂ ਆਪਾਂ ਪਹਿਲਾਂ ਖਬਰਾਂ ਜਿਹੜੀਆਂ ਉਹ ਸੁਣਦੇ ਰਹੇ ਹਾਂ, ਗੱਲਾਂ ਸੁਣਦੇ ਰਹੇ ਹਾਂ। ਸੋ ਡੈਮੋਕ੍ਰੇਟਸ ਨੂੰ ਚਿੰਤਾ ਵੀ ਇਹਨਾਂ ਦੀ ਵਧੂਗੀ ਇਸ ਜਿਹੜੇ ਆ ਐਲਾਨ ਦੇ ਨਾਲ। ਜੀ ਬਿਲਕੁਲ। ਸੋ ਟਾਈਟਲ 42 ਐਕਸਪੈਲਸ਼ਨਸ, ਪਹਿਲੀ ਗੱਲ ਤਾਂ ਜਿਹਨਾਂ ਨੂੰ ਨਹੀਂ ਪਤਾ ਉਹ ਕੀ ਸੀਗੀਆਂ, ਕਈ ਵਾਰੀ ਆਪਾਂ ਡਿਸਕਸ ਕੀਤੀਆਂ ਰੇਡੀਓ 'ਤੇ, ਇੱਕ ਬਹੁਤ ਪੁਰਾਣਾ ਇਹਨਾਂ ਦਾ ਲਾਅ ਸੀਗਾ ਜਿਹਦੇ ਵਿੱਚ ਕਿ ਇਹ ਕਿਹਾ ਗਿਆ ਸੀਗਾ ਕਿ ਹੈਲਥ ਗਰਾਊਂਡ 'ਤੇ ਇਹਨਾਂ ਕੋਲ ਪਾਵਰ ਹੈਗੀ ਆ CDC ਕੋ, ਸੈਂਟਰ ਆਫ ਡਿਜ਼ੀਜ਼ ਕੰਟਰੋਲ ਕੋ, ਕਿ ਟਾਈਟਲ 42 ਦੇ ਥੱਲੇ ਉਹ ਇੱਕ ਐਮਰਜੈਂਸੀ ਡਿਕਲੇਅਰ ਕਰ ਸਕਦਾ ਕਿ ਮਹਾਂਮਾਰੀ ਫੈਲ ਗਈ ਜਾਂ ਕੁਛ ਇੱਦਾਂ ਦਾ ਹੋ ਗਿਆ ਕਿ ਲੋਕੀ ਹੁਣ ਬਾਹਰੋਂ ਬਾਰਡਰ ਤੁਸੀਂ ਬੰਦ ਕਰ ਸਕਦੇ ਹੋ ਹੈਲਥ ਗਰਾਊਂਡ ਦੇ ਉੱਤੇ ਜੀ। ਸੋ ਜਿਹੜਾ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਜਦੋਂ ਉਹਨਾਂ ਨੇ ਲੋਕਾਂ ਨੂੰ ਬਾਹਰ ਰੱਖਣਾ ਸੀਗਾ, ਉਹਨਾਂ ਨੇ ਆਹੀ ਪੈਂਡਮਿਕ ਨੂੰ ਅਤੇ ਉਹਨਾਂ ਨੇ ਟਾਈਟਲ 42 ਨੂੰ ਮਿਕਸ ਕਰਤਾ ਕਿ ਇਹਦੇ ਕਰਕੇ ਹੁਣ ਤੁਸੀਂ ਬਾਰਡਰ ਜਿਹੜਾ ਉਹ ਪੱਕਾ ਸੀਲ ਰੱਖੋ, ਜਿਹੜਾ ਕਿ ਡੈਮੋਕ੍ਰੈਟਸ ਨੇ ਪਹਿਲਾਂ ਕਾਫ਼ੀ ਜ਼ਿਆਦਾ ਵਿਰੋਧ ਕੀਤਾ ਕਿ ਨਹੀਂ ਇਹਨੂੰ ਹੁਣ ਹੁਣ ਇਹਦੀ ਪੋਲੀਟਿਕਸ ਦੇਖੋ ਕਿੱਦਾਂ ਇਮੀਗ੍ਰੇਸ਼ਨ ਦੀ ਚੱਲਦੀ ਆ। ਡੈਮੋਕ੍ਰੈਟਸ ਨੇ ਉਹਨੂੰ ਕਾਫ਼ੀ ਵਿਰੋਧ ਕੀਤਾ ਸੀਗਾ ਕਿ ਨਹੀਂ ਤੂੰ ਟਾਈਟਲ 42 ਦੀ ਆੜ ਦੇ ਵਿੱਚ ਸਾਰੇ ਲੋਕਾਂ ਨੂੰ ਰੋਕ ਕੇ ਨਹੀਂ ਰੱਖ ਸਕਦਾ ਇਨਡੈਫੀਨੇਟਲੀ। ਸੋ ਉਹਨਾਂ ਨੇ ਤਕਰੀਬਨ ਜਿਹੜਾ ਸਾਲਮ ਕਹਿ ਲਓ ਬੰਦ ਹੀ ਕਰਤਾ ਸੀਗਾ ਇੱਕ ਤਰ੍ਹਾਂ ਦਾ। ਈਵਨ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟ ਕਮਿਸ਼ਨ ਕਮਿਸ਼ਨਰ ਵਗੈਰਾ ਉੱਥੋਂ ਤੱਕ ਬਿਆਨ ਆ ਗਏ ਸੀ ਕਿ ਨਹੀਂ ਤੁਸੀਂ ਟਾਈਟਲ 42B ਨਾ ਇਨਡੈਫੀਨੇਟਲੀ ਜਿਹੜਾ ਸਾਲਮ ਆ ਪੱਕੇ ਤਰੀਕੇ ਨਾਲ ਨਹੀਂ ਰੋਕ ਸਕਦੇ ਹੈਗੇ। ਅਤੇ ਉਸ ਤੋਂ ਬਾਅਦ ਜੀ ਬਾਈਡਨ ਦੇ ਕਾਰਜਕਾਲ ਤੱਕ ਤੁਸੀਂ ਦੇਖ ਲਓ ਕਿ ਇਹਨੇ ਹਟਾ ਤਾਂ ਇਹਨੇ ਦੇਣਾ ਸੀਗਾ, ਪਰ ਹੁਣ ਕੀ ਹੈ ਕਿ ਐਕਚੁਅਲੀ ਪ੍ਰੋਬਲਮ ਤਾਂ ਪੈਂਡਮਿਕ ਵਾਲੀ ਸੀਰੀਅਸ ਸੀਗੀ, ਰੀਅਲ ਸੀਗੀ ਜੀ। ਸੋ ਬਾਈਡਨ ਹਟਾ ਨਹੀਂ ਪਾਇਆ, ਫਿਰ ਬਾਈਡਨ ਦਾ ਕ੍ਰਿਟੀਸਿਜ਼ਮ ਹੋਣ ਲੱਗ ਪਿਆ ਕਿ ਇਹ ਕਹਿੰਦਾ ਸੀਗਾ ਹਟਾ ਦੇਣਾ ਪਰ ਨਹੀਂ ਹਟਾ ਪਾਇਆ। ਸੋ ਜਿਹੜੇ ਅੰਕੜੇ ਆ ਉਹ ਇਹ ਕਹਿੰਦੇ ਆ ਕਿ ਪਿਛਲੇ ਸਾਲ ਜਿਹੜੇ ਸੀਗੇ 1.7 million 17 lakh ਲੋਕੀ ਜਿਹੜੇ ਉਹ ਬਾਰਡਰ ਤੋਂ ਟਾਈਟਲ 42B ਕਰਕੇ ਵਾਪਸ ਮੋੜ ਦਿੱਤੇ ਗਏ, ਉਹਨੂੰ ਟਾਈਟਲ 42 ਐਕਸਪਲਸ਼ਨ ਕਹਿੰਦੇ ਹੈਗੇ। ਮਤਲਬ ਇੱਕ ਹੁੰਦਾ ਰਿਮੂਵਲ ਜਿਹੜਾ 5 ਸਾਲ ਦਾ ਬਾਹਰ ਲਾ ਦਿੰਦੇ ਆ ਬਿਆਨ ਵੀ ਫਿਲ ਕਰਕੇ, ਇੱਕ ਹੁੰਦਾ ਸਿੱਧੇ ਐਕਸਪਲਸ਼ਨ ਕਿ ਹੁਣ ਵਾਪਸ ਚਲ ਜਾਓ ਅਤੇ ਜਦੋਂ ਦੁਬਾਰਾ ਵਾਪਸ ਆਇਓ। ਐਕਸਪਲਸ਼ਨ ਦਾ ਮਤਲਬ ਰਿਮੂਵਲ ਨਹੀਂ ਹੁੰਦਾ, ਸੋ ਲੋਕੀ ਬਾਰ ਬਾਰ ਟਰਾਈ ਕਰਦੇ ਰਹਿੰਦੇ ਸੀਗੇ। 12 lakh ਲੋਕੀ ਇਹਨਾਂ ਨੇ ਟਾਈਟਲ 42B ਦੇ ਥੱਲੇ ਵਾਪਸ ਮੁੜੇ ਸੀਗੇ। ਅਤੇ ਹੁਣ ਮਿਡ ਟਰਮ ਇਲੈਕਸ਼ਨ ਆ ਰਹੀਆਂ ਅਤੇ ਜਿਹੜਾ ਇਹਨਾਂ ਦਾ ਇਮੀਗ੍ਰੇਸ਼ਨ ਦਾ ਏਜੰਡਾ ਸੀਗਾ, ਕਿਉਂਕਿ ਡੇ 1 ਤੋਂ ਹੀ ਆਪਾਂ ਦੇਖਿਆ ਇਹ ਕਹਿੰਦਾ ਕਿ ਮੈਂ ਇਮੀਗ੍ਰੇਸ਼ਨ ਸੌਖੀ ਕਰ ਦੇਣੀ, ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ। ਹੁਣ ਇਹਨਾਂ ਨੇ ਅਨਾਊਂਸ ਕੀਤਾ ਕਿ 42B ਜਿਹੜੀਆਂ ਐਕਸਪਲਸ਼ਨਸ ਹੈਗੀਆਂ ਇਹ ਮਈ ਦੇ ਵਿੱਚ ਹਟਾ ਦੇਣੀਆਂ। ਉਹਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਡੈਮੋਕ੍ਰੈਟਸ ਉਹਨਾਂ 'ਚ ਆਪਸ 'ਚ ਫੁੱਟ ਪੈ ਰਹੀ ਹੈ, ਕਿਉਂਕਿ ਉਹਨਾਂ ਨੇ ਵੀ ਆਪਣੀਆਂ ਆਪਣੀਆਂ ਸੀਟਾਂ ਜਿਹੜੀਆਂ ਜਿੱਤਣੀਆਂ। ਅਤੇ ਕਹਿ ਰਹੇ ਆ ਕਿ ਹੁਣ ਈਵਨ ਜਦੋਂ ਫਾਈਟ ਟਾਈਟਲ 42 ਚੱਲ ਰਿਹਾ ਵਾ, 18,000 ਲੋਕੀ ਰੋਜ਼ ਐਵਰੀ ਡੇ ਕ੍ਰੋਸ ਕਰ ਰਹੇ ਆ ਬਾਰਡਰ ਇਲੀਗਲੀ। ਅਤੇ ਜੇ ਤੁਸੀਂ ਇਹਨੂੰ ਚੱਕ ਦਿਓਗੇ ਤਾਂ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇ 18,000 ਇੱਦਾਂ ਹੀ ਕ੍ਰੋਸ ਕਰ ਰਹੇ ਆ ਇਹਦੇ ਬਾਵਜੂਦ ਵੀ, ਅਤੇ ਜੇ ਤੁਸੀਂ ਓਪਨ ਬਾਰਡਰ ਕਰਤਾ ਫਿਰ ਤਾਂ ਸਾਰੇ ਜਿਹੜੇ 1.7 million ਉਹ ਆ ਜਾਣੇ ਹੈ ਨਾ। ਅਤੇ ਹੁਣ ਉਹ ਇਹਨਾਂ ਦਾ ਪਰ ਇਹ ਹੈ ਕਿ ਬਾਈਡਨ ਨੇ ਪ੍ਰੋਮਿਸ ਕੀਤਾ ਸੀਗਾ, ਹੁਣ ਜੇ ਨਾ ਚੱਕੇ ਤਾਂ ਪ੍ਰੋਬਲਮ ਆ, ਚੱਕੇ ਐਕਸਪਲਸ਼ਨ ਤਾਂ ਪ੍ਰੋਬਲਮ ਆ। ਅਤੇ ਹੁਣ ਜਿਹੜੀ ਇੰਟਰਨਲ ਦੋਨੋਂ ਜਿਹੜੀ ਪਾਰਟੀ ਜਿਹੜੀ ਡੈਮੋਕ੍ਰੈਟਸ ਹੈਗੀ ਆ ਉਹਦੇ ਵਿੱਚ ਜਿਹੜੀ ਇਸ ਚੀਜ਼ ਦੀ ਫੁੱਟ ਪੈ ਰਹੀ ਆ ਕਿ ਇਲੈਕਸ਼ਨਾਂ ਨੂੰ ਕਿਤੇ ਆਹ ਫਰਕ ਤਾਂ ਨਹੀਂ ਪਾ ਦੂਗੀ। ਜੀ ਸੋ ਬਿਲਕੁਲ ਡੈਫੀਨੇਟਲੀ ਇਸ ਚੀਜ਼ ਦਾ ਅਸਰ ਤਾਂ ਆਪਾਂ ਨੂੰ ਪਤਾ ਜਿਹੜਾ ਉਹ ਲੱਗੇਗਾ। ਹੁਣ ਜਦੋਂ ਅਟਰਨੀ ਟੇਰੀਕੇ ਨੇ ਜੀ ਕਹਿੰਦੇ ਵੀ 18,000 ਇਲੀਗਲ ਤਰੀਕੇ ਦੇ ਨਾਲ ਕ੍ਰੋਸ ਕਰ ਰਹੇ ਆ, ਉਹਦਾ ਮਤਲਬ ਕੀ ਆ ਵੀ ਉਹ ਆ ਕੇ ਅਸਾਈਲਮ ਦੀ ਮੰਗ ਕਰ ਰਹੇ ਆ ਕਿ ਸਿੱਧਾ ਬਾਰਡਰ ਟੱਪ ਕੇ ਅੰਦਰ ਲੁਕੀ ਜਾ ਰਹੇ ਆ, ਇਹ ਚੀਜ਼ ਹੁੰਦੀ ਆ? ਤੇ ਜਿਹੜੇ ਇਹਨਾਂ ਨੇ 1.7 million ਐਕਸਪਲਸ਼ਨ ਕੀਤੀ ਸੀ
ਉਹ ਆ ਕੇ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਦੀ ਮੰਗ ਕਰ ਰਹੇ, ਉਹਨਾਂ ਨੂੰ ਵਾਪਸ ਮੋੜਿਆ ਹੁੰਦਾ ਆ, ਇਹਦੇ 'ਚ ਫਰਕ ਕੀ ਹੁੰਦਾ ਆ? ਐਕਸਪਲਸ਼ਨ ਤਾਂ ਇਹ ਹੁੰਦਾ ਜਿਹੜਾ ਬਾਰਡਰ ਤੇ ਪਹੁੰਚ ਗਿਆ ਅਮਰੀਕਾ ਦੀ ਧਰਤੀ ਤੇ ਉਹਨੇ ਪੈਰ ਨਹੀਂ ਰੱਖਿਆ, ਉਹਨੂੰ ਤੁਹਾਨੂੰ ਸਿੱਧੇ ਕਹਿਣਾ ਬਾਹਰ ਜਾ, ਜਿੱਦਾਂ ਤੁਹਾਡੇ ਮਹਿਮਾਨ ਆਉਂਦਾ ਕੋਈ ਘਰੇ, ਉਹਨੂੰ ਕਹਿੰਦੇ ਤੂੰ ਅਜੇ ਆ ਨਹੀਂ ਸਕਦਾ, ਦਰਵਾਜ਼ਾ ਬੰਦ ਆ। ਜਿਹੜਾ ਕ੍ਰੋਸ ਓਵਰ ਦੀ ਗੱਲ ਇਹ ਕਰ ਰਿਹਾ ਕਿ ਜਿਹੜਾ US ਸੋਇਲ ਤੇ ਜਿਹਨੇ ਅੰਦਰ ਪੈਰ ਰੱਖਤਾ ਇੱਕ ਵਾਰੀ ਆ ਗਿਆ ਇੱਥੇ ਬਾਰਡਰ ਤੇ, ਉਹਨੂੰ ਚੱਕ ਕੇ ਬਾਹਰ ਨਹੀਂ ਸੁੱਟ ਸਕਦੇ ਇਹ ਕਿ ਤੂੰ ਲਾਈਨ ਦੇ ਦੂਜੇ ਪਾਸੇ ਜਾ। ਜਿਹੜਾ ਇੱਕ ਵਾਰੀ ਅੰਦਰ ਆ ਗਿਆ ਉਹਨੂੰ ਫਿਰ ਇਹਨਾਂ ਨੂੰ ਜੇਲ੍ਹ 'ਚ ਲਿਜਾ ਕੇ ਉਹਨਾਂ ਦੇ ਜਾਂ ਬਿਆਨ ਕਰਨੇ ਪੈਣੇ, ਜਾਂ ਉਹਨੇ ਕਹਿਣਾ ਕਿ ਨਹੀਂ ਸਾਡੀ ਗੱਡੀ 'ਚ ਜਗ੍ਹਾ ਨਹੀਂ, ਤੂੰ ਆਪਣਾ ਆਪ ਹੀ ਦੇਖ ਲੈ, ਹੈਨਾ। ਸੋ 18,000 ਕ੍ਰੋਸ ਕਰ ਰਹੇ ਆ ਬਾਰਡਰ ਐਵਰੀ ਡੇ, ਜਿਨ੍ਹਾਂ ਦੇ ਨਾਲ ਇੰਟਰੈਕਸ਼ਨ ਹੋ ਰਹੀ ਆ ਬਾਰਡਰ ਪੈਟਰੋਲ ਏਜੰਟਸ। ਹਾਂਜੀ ਜੀ ਜੀ ਸੋ 1.7 million ਉਹ ਸੀ ਜਿਨ੍ਹਾਂ ਨੇ ਅਜੇ ਅਮਰੀਕਾ ਦੀ ਪੈਰ ਧਰਤੀ ਤੇ ਪੈਰ ਨਹੀਂ ਸੀ ਧਰਿਆ, ਉਹਨਾਂ ਨੂੰ ਮੈਕਸੀਕੋ ਦੇ ਵਿੱਚੋਂ ਹੀ ਜਿਹੜਾ ਰੋਕ ਰੋਕ ਕੇ ਵਾਪਸ ਜਿਹੜਾ ਉਹ ਕਰਤਾ, ਤੇ ਇਹ ਜਿਹੜੇ 18,000 ਐਵਰੀ ਡੇ ਇੱਧਰ ਆ ਕੇ ਜਿਨ੍ਹਾਂ ਦਾ ਇੰਟਰੈਕਸ਼ਨ ਆ ਅਜੇ, ਮਤਲਬ ਹੋਰ ਵੀ ਕਈ ਹੋਣਗੇ ਜਿਹੜੇ ਉੱਦਾਂ ਹੀ ਲੰਘ ਜਾਂਦੇ ਆ ਜਿਨ੍ਹਾਂ ਦੇ ਬਾਰੇ ਪਤਾ ਹੀ ਨਹੀਂ ਲੱਗਦਾ ਵੀ ਉਹ ਵੜੀ ਜਾ ਰਹੇ ਆ। ਅਜੇ ਤਾਂ ਜੀ ਬੈਠੇ ਆ ਪੰਜਾਬ 'ਚ ਬੋਰੀਆਂ ਇਸ ਤਰ੍ਹਾਂ ਪੈਕ ਕਰ ਰਹੇ ਹੋਣਗੇ ਜੀ ਜਦੋਂ ਆਪਾਂ ਗੱਲ ਕਰ ਰਹੇ। ਸੋ ਬਾਰਡਰ ਕਾਇੰਡ ਆਫ ਕਹਿ ਲਓ ਕਿ ਓਪਨ ਬਾਰਡਰ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੈਮੋਕ੍ਰੈਟਸ ਵੱਲੋਂ, ਤੇ ਬਿਆਨ ਤਕਰੀਬਨ ਜਿੰਨੇ ਕਲਾਇੰਟ ਸਾਡੇ ਆਏ ਸੀਗੇ ਕਹਿ ਰਹੇ ਕਿਸੇ ਦੇ ਬਿਆਨ ਨਹੀਂ ਹੋਏ, ਤੇ ਫਾਈਲਾਂ ਦਾ ਨਹੀਂ ਪਤਾ, ਕੋਰਟਸ 'ਚ ਫਾਈਲਾਂ ਨਹੀਂ ਜਾ ਰਹੀਆਂ, 6-6 ਮਹੀਨੇ ਏਲੀਅਨ ਨੰਬਰ ਦੇ ਦਿੱਤਾ ਤੇ ਕੁਛ ਨਹੀਂ ਪੁੱਛਿਆ ਜਾ ਰਿਹਾ। ਜਿੰਨੇ ਮੁੰਡੇ ਹੁਣ ਆ ਰਹੇ ਤਕਰੀਬਨ ਉਹਨਾਂ ਤੋਂ ਜੇ ਤੁਸੀਂ ਪੁੱਛੋ ਤਾਂ ਉਹ ਕਹਿੰਦੇ ਕੁਛ ਕੋਈ ਸਵਾਲ ਜਵਾਬ ਨਹੀਂ ਹੋਇਆ, ਟਾਈਮ ਹੀ ਨਹੀਂ, ਉਹ ਕਹਿੰਦੇ ਸਾਡੇ ਕੋਲ ਜਾਓ ਜੀ।